ਚਲੋ ਚਲੋ ਜੇ ਦਲਤਾਂ ਮੈਂ ਆਪਣੀ ਮੰਗ ਵਾਪਸ ਲੈ ਲੂੰਗਾ ਜੇ ਦਲਤਾਂ ਦਾ ਸਨਮਾਨ ਕੀਤਾ ਬਰਾੜ ਸਾਹਿਬ ਬਰਾੜ ਸਾਹਿਬ ਜੇ ਦਲਤਾਂ ਦਾ ਸਨਮਾਨ ਕੀਤਾ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਦਲਤਾਂ ਦਾ ਫਾਈਨਾਂਸ ਮਿਨਿਸਟਰ ਬਣਾਇਆ ਦਲਤ ਆਗੂ ਨੂੰ ਐਫ ਐਮ ਬਣਾਇਆ ਅੱਜ ਤੱਕ ਜਦੋਂ ਦੀ ਸਰਕਾਰ ਬਣੀ ਆ ਜਦੋਂ ਦਾ ਦੇਸ਼ ਮੇਰੀ ਕੋਈ ਇੱਛਾ ਨਹੀਂ ਨਾ ਨਾ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਦਲਤਾਂ ਲਈ ਕੀਤਾ ਹੋਵੇ ਕਿਸੇ ਨੂੰ ਬਣਾ ਦੋ ਕਿਸੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾ ਦੋ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇਣ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਲੇ ਪ੍ਰਿਵਿਲੇਜ ਵਿੱਚ ਮੈਂ ਇਹ ਲਓ ਜੀ ਇੱਕ ਪਾਸੇ ਇੱਕ ਦਲਿਤ ਆਗੂ ਕਹਿ ਰਿਹਾ ਕਿ ਮੇਰਾ ਅਪਮਾਨ ਹੋਇਆ ਦੂਜੇ ਪਾਸੇ ਬਿਲਾਸਪੁਰ ਸਾਹਿਬ ਕਹਿੰਦੇ ਨੇ ਕਿ ਸਨਮਾਨ ਹੋਇਆ ਔਰ ਇੱਧਰ ਕੋਟਲੀ ਸਾਹਿਬ ਕਹਿੰਦੇ ਨੇ ਕਿ ਜੇ ਬਿਲਾਸਪੁਰ ਸਾਹਿਬ ਨੂੰ ਉਪ ਮੁੱਖ ਮੰਤਰੀ ਬਣਾ ਦੇਣ ਤਾਂ ਮੈਂ ਅੰਦੋਲਨ ਵਾਪਸ ਲੈ ਲਾਂਗਾ ਤੇ ਬਿਲਾਸਪੁਰ ਸਾਹਿਬ ਕਹਿੰਦੇ ਮੈਂ ਉਪ ਮੁੱਖ ਮੰਤਰੀ ਬਣਨਾ ਨਹੀਂ ਚਾਹੁੰਦਾ ਕਿਉਂਕਿ ਪਹਿਲਾਂ ਹੀ ਬਹੁਤ ਸਨਮਾਨ ਮਿਲ ਰਿਹਾ ਤਾਂ ਇਹ ਤਕਰਾਰ ਹੈ ਜਿਹੜੀ ਉਹ ਲਗਾਤਾਰ ਚਾਹੇ ਅੰਦਰ ਹੈ ਚਾਹੇ ਬਾਹਰ ਹੈ ਦੇਖਣ ਨੂੰ ਮਿਲ ਰਹੀ ਹੈ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਹਿ ਰਹੇ ਆ ਉਸ ਸਮੇਂ ਮੈਂ ਬੋਲ ਰਿਹਾ ਸੀ ਮੇਰਾ ਧਿਆਨ ਸਾਰਾ ਡਿਪਟੀ ਸਪੀਕਰ ਸਾਹਿਬ ਵੱਲ ਸੀ ਔਰ ਮੇਰਾ ਧਿਆਨ ਸਾਰਾ ਵਿਧਾਨ ਸਭਾ ਵੱਲ ਸੀ ਠੀਕ ਹੈ ਨਾ ਸਬਜੈਕਟ ਵੱਲ ਸੀ ਨਹੀਂ ਮੈਨੂੰ ਨਹੀਂ ਧਿਆਨ ਮੇਰੇ ਧਿਆਨ ਕੋਟਲੀ ਸਾਹਿਬ ਮੇਰੇ ਲਈ ਬਗਾਨੇ ਨਹੀਂ ਕਿਉਂਕਿ ਕੋਟਲੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਆ ਮੇਰੀ ਕਮੇਟੀ ਦੇ ਮੈਂਬਰ ਅਸੀਂ ਇਕੱਠੇ ਰਹਿੰਦੇ ਹਾਂ ਕੋਈ ਏਡੀ ਗੱਲ ਨਹੀਂ ਮੈਂ ਇਹਨਾਂ ਨੂੰ ਮਸਲਾ ਲਗਾਉਣਾ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਜੱਫੀ ਪਾ ਕੇ ਹੌਸਲਾ ਦੇ ਦਿਓ ਉਹਨਾਂ ਨੂੰ ਜੱਫੀ ਪਾ ਕੇ ਹੌਸਲਾ ਦੇ ਦਿਓ ਨਾਲ ਲੈ ਕੇ ਜਾਓ ਕੋਈ ਮਨ ਮਟਾਵ ਨਹੀਂ ਤੁਹਾਡਾ ਮੁੱਖ ਮੰਤਰੀ ਸਾਹਿਬ ਨੂੰ ਮਿਲਾਉਣਗੇ ਲੈ ਕੇ ਜਾਣਗੇ ਕੋਸ਼ਿਸ਼ ਕਰਦੇ ਹੋ ਸੁਖਵਿੰਦਰ ਸਿੰਘ ਕੋਟਲੀ ਅੱਜ ਫੇਰ ਦਲਿਤ ਐਮਐਲ ਦਾ ਅਪਮਾਨ ਵਾਲੀਆਂ ਤਖਤੀਆਂ ਲੈ ਕੇ ਇੱਥੇ ਮੌਜੂਦ ਨੇ ਅੱਜ ਤੀਜਾ ਦਿਨ ਹੋ ਗਿਆ ਕੋਟਲੀ ਸਾਹਿਬ ਅੱਜ ਤੀਜਾ ਦਿਨ ਹੋ ਗਿਆ ਤੁਹਾਡੇ ਹੱਥ ਦੇ ਵਿੱਚ ਤਖਤੀਆਂ ਨੇ ਮਸਲਾ ਨਿਬੜੂ ਕਿਵੇਂ ਦੇਖੋ ਜੀ ਮੈਂ ਤਾਂ ਜਿੰਨਾ ਚਿਰ ਭਗਵੰਤ ਮਾਨ ਮਾਫੀ ਨਹੀਂ ਮੰਗਦਾ ਮੈਂ ਤਾਂ ਇਹਦੇ ਪਿੰਡ ਸਤੌਜ ਤੱਕ ਜਾ ਕੇ ਦਲਤਾਂ ਨੂੰ ਨਾਲ ਲੈ ਕੇ ਇਹਦੇ ਘਰ ਤੱਕ ਜਾ ਕੇ ਵਿਰੋਧ ਕਰੂੰਗਾ ਇਹਦੀ ਚੰਡੀਗੜ੍ਹ 'ਚ ਵੀ ਕੋਠੀ ਦਾ ਵਿਰੋਧ ਕਰੂੰਗਾ ਜਿੱਥੇ ਵੀ ਪੰਜਾਬ ਦੇ ਅੰਦਰ ਭਗਵੰਤ ਮਾਨ ਜਾਏਗਾ ਖਾਸ ਤੌਰ 'ਤੇ ਜਲੰਧਰ ਦੇ ਅੰਦਰ ਜਦੋਂ ਇਹ ਆਏਗਾ
ਤਾਂ ਇਹਦਾ ਹਰ ਥਾਂ ਮੈਂ ਵਿਰੋਧ ਕਰੂੰਗਾ। ਮੈਂ ਪਹਿਲਾਂ ਕਹਿ ਚੁੱਕਾ ਕਿ ਜੇਕਰ ਮੈਨੂੰ ਕੋਈ ਇਨਸਾਫ ਸਪੀਕਰ ਸਾਹਿਬ ਨੇ ਨਾ ਦਿੱਤਾ ਤੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਜੇ ਅਸਤੀਫਾ ਵੀ ਦੇਣਾ ਪਿਆ ਆਪਣੇ ਸਨਮਾਨ ਦੇ ਲਈ, ਸਮਾਜ ਦੇ ਸਨਮਾਨ ਦੇ ਲਈ, ਤਾਂ ਮੈਂ ਇੱਥੋਂ ਤੱਕ ਵੀ ਜਾਵਾਂਗਾ। ਪਰ ਮੈਂ ਇਨਸਾਫ ਲੈ ਕੇ ਜ਼ਰੂਰ ਹਟਾਂਗਾ। ਭਗਵੰਤ ਮਾਨ ਨੇ ਜਿਹੜਾ ਦਲਿਤਾਂ ਦਾ ਅਪਮਾਨ ਕੀਤਾ ਉਹਦਾ ਮੈਂ ਬਦਲਾ ਜ਼ਰੂਰ ਲੈ ਕੇ ਰਹਾਂਗਾ। ਕੱਲ੍ਹ ਭਰੋਸਾ ਦਿੱਤਾ ਸੀਗਾ ਸਪੀਕਰ ਸਾਹਿਬ ਨੇ, ਅਸੀਂ ਪ੍ਰਿਵਲੇਜ ਮੋਸ਼ਨ ਜਿਹੜਾ ਉਹ ਦਿੱਤਾ ਹੋਇਆ ਆ। ਅਗਰ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮੈਨੂੰ ਜਿੱਥੇ ਹਾਈ ਕੋਰਟ, ਸੁਪਰੀਮ ਕੋਰਟ ਤੱਕ ਜਿੱਥੇ ਤੱਕ ਜਾਣਾ ਪਵੇ ਮੈਂ ਜਾਵਾਂਗਾ। ਮੈਂ ਦਿੱਲੀ ਮਾਨਯੋਗ ਖੜਗੇ ਸਾਹਿਬ ਤੱਕ ਵੀ ਗੱਲ ਕੀਤੀ ਹੈ ਔਰ ਰਾਹੁਲ ਜੀ ਤੱਕ ਵੀ ਮੈਸੇਜ ਪਹੁੰਚਾਇਆ ਹੈਗਾ ਆ। ਔਰ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਜਿਹੜੇ ਆ ਉਹ ਮੈਨੂੰ ਮਿਲ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਇਹ ਬਹੁਤ ਬੁਰੀ ਗੱਲ ਜਿਹੜੀ ਆ ਉਹ ਭਗਵੰਤ ਮਾਨ ਨੇ ਕੀਤੀ ਆ। ਸੋ ਮੈਂ ਇਨਸਾਫ ਲੈਣ ਦੇ ਲਈ ਹਮੇਸ਼ਾ ਲੜਦਾ ਰਹਾਂਗਾ। ਕੋਹਲੀ ਸਾਹਿਬ, ਉਹਨਾਂ ਦੇ ਸਾਥੀ ਜਿਹੜੇ ਹੋਰ ਦਲਿਤ ਵਿਧਾਇਕ ਨੇ ਜਿਹੜੇ ਸੱਤਾ ਧਿਰ ਦੇ ਨੇ, ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਬੜਾ ਸਤਿਕਾਰ ਦੇ ਰਹੇ ਨੇ, ਬੜਾ ਸਨਮਾਨ ਦਿੰਦੇ ਨੇ ਉਹਨਾਂ ਨੂੰ। ਜਿਹੜਾ ਸਨਮਾਨ ਮੈਂ ਅੰਦਰ ਮੰਗ ਰਿਹਾ ਸੀ ਦਲਿਤਾਂ ਦਾ, ਸਾਲ ਹੋ ਗਏ ਨੇ ਤੁਸੀਂ ਵਾਅਦਾ ਕੀਤਾ ਸੀ ਦਲਿਤਾਂ ਨੇ ਤੁਹਾਨੂੰ ਵੋਟਾਂ ਪਾਈਆਂ ਵੀ ਜੇ ਤੁਸੀਂ ਇੰਨੇ ਹੀ ਭਗਵੰਤ ਮਾਨ ਜੀ ਚੰਗੇ ਨੇ ਤਾਂ ਉਹ ਤੁਹਾਨੂੰ ਪੰਜਾਬ ਦੇ ਅੰਦਰ ਦਲਿਤ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾ ਰਹੇ? ਇਹ ਕਾਹਦਾ ਸਨਮਾਨ ਹੈ? ਦਲਿਤਾਂ ਦਾ ਐਸਸੀ ਕਮਿਸ਼ਨ ਉਹਨੂੰ ਇੱਕ ਕਿਸਮ ਦਾ ਭੰਗ ਕਰਕੇ ਉਹਦੀ ਗਿਣਤੀ ਘਟਾ ਦਿੱਤੀ ਮੈਂਬਰਾਂ ਦੀ, ਉਹਦਾ ਚੇਅਰਮੈਨ ਹਾਲੇ ਤੱਕ ਨਹੀਂ ਲਾਇਆ, ਗਰੀਬਾਂ ਦੇ ਨਾਲ ਧੱਕਾ ਕਰ ਰਿਹਾ। ਸੋ ਮੈਂ ਲੜਦਾ ਰਹੂੰਗਾ। ਤਾਂ ਸੁਖਵਿੰਦਰ ਸਿੰਘ ਕੋਟਲੀ ਹੋਣੀ ਅੱਜ ਤੀਜਾ ਦਿਨ ਹੋ ਗਿਆ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਇੱਥੇ ਪਹੁੰਚ ਰਹੇ ਨੇ ਅਸਪੁਰ ਸਾਹਿਬ। ਤੁਸੀਂ ਦਲਿਤ ਵਿਧਾਇਕ ਹੋ, ਉੱਧਰ ਇੱਕ ਬੈਠੇ ਨੇ ਕਾਂਗਰਸ ਵਾਲੇ, ਉਹ ਕਹਿੰਦੇ ਕਿ ਦਲਿਤਾਂ ਦਾ ਅਪਮਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ, ਤਖਤੀ ਲੈ ਕੇ ਸਾਹਮਣੇ ਬੈਠੇ ਨੇ, ਉਹ ਕਹਿੰਦੇ ਕਿ ਮੈਂ ਇਨਸਾਫ ਲੈਣਾ। ਦਲਿਤਾਂ ਦਾ ਅਪਮਾਨ ਕੀਤਾ? ਮੈਂ ਮੀਡੀਆ ਰਾਹੀਂ ਜਿੱਥੇ ਵੀ ਪੰਜਾਬੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਆ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਹੱਥ ਦੇ ਵਿੱਚ ਬਜਟ ਦੀ ਕਾਪੀ ਆ ਔਰ ਇਹਦੇ ਉੱਪਰ ਫੋਟੋ ਕਿਹਦੀ ਲੱਗੀ ਆ? ਡਾਕਟਰ ਭੀਮ ਰਾਓ ਅੰਬੇਡਕਰ ਜੀ। ਡਾਕਟਰ ਭੀਮ ਰਾਓ ਅੰਬੇਡਕਰ ਜੀ ਕੌਣ ਸੀ? ਇੱਕ ਬਹੁਤ ਵੱਡੇ ਦਲਿਤ ਆਗੂ ਸੀ ਔਰ ਕੱਲ੍ਹ ਬਜਟ ਪੇਸ਼ ਹੋਇਆ, ਪੂਰੀ ਦੁਨੀਆਂ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਆ ਉਹ ਵੇਖ ਰਹੇ ਸੀ ਬਜਟ ਪੇਸ਼ ਹੁੰਦਾ। ਅਤੇ ਬਜਟ ਪੇਸ਼ ਕੌਣ ਕਰ ਰਿਹਾ ਸੀ? ਸਰਦਾਰ ਹਰਪਾਲ ਸਿੰਘ ਚੀਮਾ। ਸਰਦਾਰ ਹਰਪਾਲ ਸਿੰਘ ਚੀਮਾ ਜੀ ਕੌਣ? ਦਲਿਤ ਆਗੂ ਔਰ ਉਹ ਬਜਟ ਪੇਸ਼ ਕਰ ਰਹੇ ਸੀ। ਅੱਜ ਪੂਰੇ ਪੰਜਾਬ ਦੇ ਵਿੱਚ ਦਫ਼ਤਰਾਂ ਦੇ ਵਿੱਚ ਫੋਟੋ ਲੱਗੇ ਆ, ਫੋਟੋ ਪਹਿਲਾਂ ਵੀ ਲੱਗੇ ਹੁੰਦੇ ਸੀ, ਫੋਟੋ ਹੁਣ ਵੀ ਲੱਗੇ ਆ। ਉਦੋਂ ਫੋਟੋ ਕਿਹਦੇ ਸੀ? ਦੋ ਹੀ ਫੋਟੋ ਉਦੋਂ ਹੁੰਦੇ ਸੀ, ਦੋ ਹੀ ਹੋਣਾ ਉਦੋਂ ਹੁੰਦੇ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਸ ਤੋਂ ਬਾਅਦ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਦਾ ਫੋਟੋ, ਅਤੇ ਹੁਣ ਫੋਟੋ ਕਿਹਦਾ? ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ। ਮੈਨੂੰ ਇਹ ਦੱਸੋ ਵੀ ਇਹ ਦਲਿਤਾਂ ਦਾ ਸਨਮਾਨ ਆ ਕਿ ਅਪਮਾਨ? ਸਾਹਮਣੇ ਬੈਠੇ ਨੇ, ਇਹ ਸਨਮਾਨ ਨੂੰ ਅਪਮਾਨ ਕਹਿੰਦੇ ਆ ਤੇ ਅਪਮਾਨ ਨੂੰ ਇਹ ਕੀ ਕਹਿੰਦੇ ਹੋਣਗੇ? ਇਹ ਤਾਂ ਕਹਿੰਦੇ ਨੇ ਜੀ ਅਸੀਂ ਚਾਹੇ ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ, ਕਹਿੰਦੇ ਨੇ ਕਿ ਮੈਂ ਇਨਸਾਫ਼ ਲੈਣਾ, ਕਹਿੰਦੇ ਮੇਰੇ ਨਾਲ ਜੋ ਕੁਝ ਹੋਇਆ, ਤੀਜਾ ਦਿਨ ਹੋ ਗਿਆ, ਤਖਤੀਆਂ ਅੱਜ ਵੀ ਹੱਥਾਂ 'ਚ ਨੇ। ਇਹ ਸਾਰੇ ਡਰਾਮੇ ਕਰਦੇ ਆ ਜੀ, ਅਸਲ ਵਿੱਚ ਇਹਨਾਂ ਕੋਲੇ ਕਹਿਣ ਨੂੰ ਕੁਝ ਹੈ ਨਹੀਂ, ਤਾਂ ਕਰਕੇ ਇਹਨਾਂ ਕੋਲੇ ਡਰਾਮੇ ਆ, ਇਹ ਡਰਾਮੇ ਕਰ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਉਹ ਤਾਂ ਸਾਫ਼ ਤੌਰ 'ਤੇ ਕਹਿੰਦੇ ਨੇ ਜੀ ਕਿ ਅਸੀਂ ਸਪੀਕਰ ਸਾਹਿਬ ਨੂੰ ਵੀ ਅਪਰੋਚ ਕੀਤਾ ਔਰ ਕਹਿੰਦੇ ਮੇਰੀ ਤੌਹੀਨ, ਕਹਿੰਦੀ ਮੇਰੀ ਨਹੀਂ ਕੀਤੀ, ਕਹਿੰਦੇ ਪੂਰੇ ਦਲਿਤ ਸਮਾਜ ਦੀ ਕੀਤੀ ਆ। ਇੱਕੋ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਦੇ ਵਿੱਚ ਸਭ ਤੋਂ ਵੱਧ ਦਲਿਤ ਮੰਤਰੀ ਨੇ। ਪੈਨਸ਼ਨਾਂ ਕੌਣ ਲਾਉਂਦਾ ਜੀ? ਡਾਕਟਰ ਬਲਵੀਰ ਕੌਰ, ਦਲਿਤ ਆਗੂ। ਫੂਡ ਸਪਲਾਈ, ਐਡਾ ਵੱਡਾ ਫੂਡ ਦਾ ਖੁਰਾਕ ਦਾ ਕੰਮ ਕੌਣ ਕਰਦਾ? ਸ਼੍ਰੀ ਲਾਲ ਚੰਦ ਜੀ, ਦਲਿਤ ਆਗੂ। ਔਰ ਪੰਜਾਬ ਨੂੰ ਬਿਜਲੀ ਫ੍ਰੀ ਕੌਣ ਦੇ ਰਿਹਾ?
ETO ਸਾਹਿਬ ਦਲਤ ਆਗੂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਮਿਨਿਸਟਰੀ ਕਿਹਦੇ ਕੋਲੇ ਆ? ਹਰਪਾਲ ਸਿੰਘ ਚੀਮਾ ਜੀ ਕੋਲੇ, ਫਾਈਨਾਂਸ ਮਿਨਿਸਟਰ ਉਹ ਕੌਣ ਆ? ਦਲਤ ਆਗੂ। ਇੱਕੋ ਇੱਕ ਆਮ ਆਦਮੀ ਪਾਰਟੀ ਸਰਕਾਰ ਆ ਜਿਹਦੇ ਵਿੱਚ ਦਲਿਤ ਲੋਕਾਂ ਨੂੰ ਇੰਨੀ ਵੱਡੀ ਪ੍ਰਤੀਨਿਧਤਾ ਦਿੱਤੀ ਗਈ ਹੈ, ਇੰਨਾ ਮਾਣ ਸਤਿਕਾਰ ਦਿੱਤਾ ਗਿਆ।